Assalamu alaikum ji, main tawada apna host Baba ji, Safe Historical Places of Pakistan and Safe Gurdwaras and Temples of Pakistan nu leke aaj main phir pahunch gaya ek query apne dost Mirza Baig sahab de naal Tilla Jogian. Tilla Jogian di agar te main log aana shuru karan te mainu shayad pura din bhi khatam ho jaye te main odi afadiyat aur odi ahmiyat de utte roshni nahi pa sakanga. ਅਤੇ ਇਹ ਇੱਕ ਅਸਥਾਨ ਜਿਹੜਾ ਕਿ ਸਰੋਵਰ ਜਿਹੜਾ ਹੈ ਇਹ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਹੈ, ਬਿਲਕੁਲ ਦਰੱਖਤਾਂ ਦੇ ਵਿੱਚ ਹੈ. ਕੁੱਲ ਮਿਲਾ ਕੇ ਇੱਥੇ ਤਕਰੀਬਨ 7 ਤੋਂ 9, ਕੋਈ 11 ਕਹਿੰਦਾ, ਕੋਈ 9 ਕਹਿੰਦਾ, 9 ਨਾਥਾਂ ਦੇ ਨਾਮ ਦੇ 9 ਜਿਹੜੇ ਨੇ ਇੱਥੇ ਉਹ ਸਰੋਵਰ ਬਣੇ ਹੋਏ ਸਨ, ਕੋਈ ਕਹਿੰਦਾ 7 ਹੈ, ਕੋਈ 5 ਹੈ, ਲੇਕਿਨ 5 ਤੋਂ ਉੱਤੇ ਅਸੀਂ ਦੇਖ ਚੁੱਕੇ ਹਾਂ. ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਹੈ, ਫਿਰ ਕਿੰਗ ਅਕਬਰ ਦੀ ਸੇਵਾ ਹੈ, ਫਿਰ ਉਸ ਤੋਂ ਬਾਅਦ ਇੱਥੇ ਰਿਪੇਅਰਿੰਗ ਦਾ ਕੋਈ ਥੋੜ੍ਹਾ ਜਿਹਾ ਕੰਮ ਜਹਾਂਗੀਰ ਨੇ ਵੀ ਕਰਵਾਇਆ ਸੀ. ਅਤੇ ਇਸ ਤਰ੍ਹਾਂ ਕਰਕੇ ਮੈਂ ਐਸਕਿਰਿਟ ਜਿਹੜਾ ਇੱਕ ਸਰੋਵਰ ਹੈ ਉਹਦੇ 'ਤੇ ਪਹੁੰਚਿਆ ਆਇਆ ਵਾਂ, ਔਰ ਉਹਦੀ ਸਟੇਜ ਦੇ ਉੱਤੇ ਹਾਂ. ਘੱਟੋ ਘੱਟ ਜ਼ਮੀਨ ਤੋਂ ਇਹ 20 ਫੁੱਟ ਥੱਲੇ ਹੈ, ਔਰ ਇਸ ਜਗ੍ਹਾ ਦੇ ਉੱਤੇ ਪਾਣੀ ਬਿਲਕੁਲ ਨਾਇਆਬ ਹੈ, ਸਦੀਆਂ ਪਹਿਲੇ ਵੀ ਔਰ ਅੱਜ ਵੀ. ਖੂਹ ਦਾ ਆਲਮ ਹੈ, ਬਿਲਕੁਲ ਜੰਗਲ ਹੈ ਚਾਰ ਚੁਫੇਰੇ. ਦਿਲ ਕਰਦਾ ਬੰਦਾ ਇੱਥੇ ਹੀ ਬੈਠ ਜਾਵੇ. ਹੁਣ ਸਮਝ ਆਉਂਦੀ ਹੈ ਜੋਗੀ ਨਾਥ ਦਾਸੀ ਪੰਥ ਦੇ ਲੋਕ ਸਾਰੇ ਇੱਥੇ ਹੀ ਆ ਕੇ ਕਿਉਂ ਬੈਠੇ, ਇੱਥੇ ਹੀ ਆ ਕੇ ਕਿਉਂ ਬੈਠੇ ਸਨ ਸਾਰੇ. ਕਿਆ ਬਾਤ ਹੈ, ਖੂਹ ਦਾ ਆਲਮ ਹੈ. ਸਿਰਫ ਔਰ ਸਿਰਫ ਪੀਕੌਕਸ ਦੀ ਆਵਾਜ਼ ਹੈ, ਮੋਰ ਬੋਲਦੇ ਨੇ, ਚਰਿੰਦ ਪਰਿੰਦ ਬੋਲਦੇ ਨੇ, ਰੋਬਨ ਬਲੂ ਬੋਲਦੀ ਹੈ, ਔਰ ਬਹੁਤ ਹੀ ਪਿਆਰੇ ਜਿਹੜੇ ਇੱਥੇ ਟਰੀਜ਼ ਨੇ ਉਹ ਅਨਾਰ ਦੇ ਨੇ. ਔਰ ਉਸ ਤੋਂ ਬਾਅਦ ਇੱਥੇ ਅੱਜ ਕੱਲ੍ਹ ਅਨਾਰ ਦੇ ਫੁੱਲਾਂ ਦਾ ਸੀਜ਼ਨ ਹੈ, ਔਰ ਅਨਾਰ ਜਿਹੜਾ ਉਹਦੇ 'ਤੇ ਫੁੱਲ ਆ ਰਹੇ ਨੇ. ਔਰ ਫਰੂਟਿੰਗ ਵਾਲੇ ਪਾਸੇ ਜਾ ਰਿਹਾ, ਕੁਛ ਇੱਥੇ ਪੀਏਸ ਦੇ ਵਾਈਲਡ ਦਰਖਤ ਨੇ, ਫਿਰ ਵਾਈਲਡ ਓਲਿਵ ਹੈ ਇੱਥੇ, ਔਰ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹਨਾਂ ਤੋਂ ਇਨਸਾਨ ਫਾਇਦੇ ਚੁੱਕਦਾ. ਕਿਉਂਕਿ ਟਿੱਲੇ ਦੀ ਅਗਰ ਹਿਸਟਰੀ ਵੱਲ ਜਾਈਏ ਤਾਂ ਇਹ ਥਾਊਜ਼ੈਂਡ ਈਅਰਸ ਅਗੋ ਜਿਹੜਾ ਉਹ ਇੱਥੇ ਆਬਾਦ ਸੀ, ਔਰ ਇੱਥੇ ਨਾਥਪੰਥੀ ਜਿਹੜੇ ਲੋਕ ਸਨ ਉਹ ਇੱਥੇ ਵੱਸਦੇ ਸਨ, ਯੋਗੀ ਸਨ ਇੱਥੇ, ਕਾਨ ਪੱਟੇ ਇੱਥੇ ਹੁੰਦੇ ਸਨ, ਕਦੀ ਰਾਂਝਾ ਇੱਥੇ ਆਉਂਦਾ, ਕਦੀ ਬਾਬਾ ਗੁਰੂ ਨਾਨਕ ਸਾਹਿਬ ਆਉਂਦੇ ਨੇ, ਕਦੀ ਇੱਥੇ ਸਿੱਧ ਨਾਥ ਬਾਲਕ ਹੁੰਦਾ ਹੈ, ਔਰ ਕਦੀ ਗੋਰਖ ਨਾਥ ਹੁੰਦਾ ਹੈ, ਔਰ ਕਦੀ ਬਾਲ ਨਾਥ ਹੁੰਦਾ ਹੈ. ਅਤੇ ਕੁੱਲ ਮਿਲਾ ਕੇ 9 ਨਾਥ ਔਰ ਇੱਕ ਪਹਿਲੀ ਪਾਤਸ਼ਾਹੀ, ਯਾਨੀ ਕਿ ਬਾਬਾ ਗੁਰੂ ਨਾਨਕ ਸਾਹਿਬ ਵੀ ਇੱਥੇ ਤਸ਼ਰੀਫ ਲੈ ਕੇ ਆਏ. ਕੁਛ ਲੋਕਾਂ ਦਾ ਖਿਆਲ ਹੈ ਕਿ 2 ਗੁਰੂ ਸਾਹਿਬਾਨ ਜਿਹੜੇ ਨੇ ਉਹ ਵੀ ਇੱਥੇ ਤਸ਼ਰੀਫ ਲੈ ਕੇ ਆਏ ਸਨ, ਲੇਕਿਨ ਹਾਲੇ ਤੱਕ ਮੈਨੂੰ ਉਹਨਾਂ ਦੇ ਮੁਤਲਕ ਕੋਈ ਪ੍ਰੋਪਰ ਟੈਕਸਟ ਨਹੀਂ ਮਿਲਿਆ. ਗੱਲ ਹੋ ਰਹੀ ਸੀ ਸਰੋਵਰ ਦੇ ਮੁਤਲਕ ਕਿ ਸਰੋਵਰ ਜਿਹੜਾ ਹੈ ਇੰਨਾ ਵੱਡਾ ਸਰੋਵਰ ਇਸ ਜਗ੍ਹਾ ਦੇ ਉੱਤੇ ਆ ਕੇ ਸੇਵਾ ਕਰਨਾ ਜਾਂ ਕਰਾਉਣਾ ਇੰਪੋਸੀਬਲ ਹੈ. ਕੌਣ ਲੋਕ ਸਨ ਇੰਨੇ ਦਿਲ ਨਾਲ ਸੇਵਾ ਕਰਨ ਵਾਲੇ, ਔਰ ਇੰਨੀਆਂ ਵੱਡੇ ਸਥਾਨ ਜਿਹੜੇ ਨੇ ਉਹ ਬਣਾਉਣ ਵਾਲੇ, ਅੱਜ ਬੰਦਾ ਅਗਰ ਦੇਖਦਾ ਤਾਂ ਹੈਰਾਨ ਹੀ ਰਹਿ ਜਾਂਦਾ. ਔਰ ਹੋਰ ਕੀ ਰਹਿ ਗਿਆ, ਸਿਰਫ ਮਾਜ਼ੀ ਦੇ ਖੰਡਰਾਤ. ਮੈਂ ਕਹਾਂਗਾ ਬੇਹਿੱਸੀ, ਜਾਂ ਕਹਾਂਗਾ ਲਾਪਰਵਾਹੀ, ਔਰ ਜਾਂ ਸਿਰਫ ਇਸ ਵਾਸਤੇ ਇਸ ਜਗ੍ਹਾ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਇਹ ਨੋਨ ਮੁਸਲਿਮ ਦੀ ਪਲੇਸਿਸ ਨੇ. ਪਲੀਜ਼ ਇਸ ਜਗ੍ਹਾ ਦੀ ਕੇਅਰ ਕਰੋ. ਲੋਕ ਖਾਮ ਖਾ ਕੇ ਇੱਥੇ ਐਸਕੀਵੇਸ਼ਨਸ ਕਰ ਰਹੇ ਨੇ, ਇੱਥੇ ਖਾਮ ਖਾ ਖੱਡੇ ਮਾਰ ਰਹੇ ਨੇ ਜਗ੍ਹਾ ਜਗ੍ਹਾ ਦੇ ਉੱਤੇ. ਔਰ ਸਰੋਵਰ ਜਿਹੜਾ ਮੇਨ ਅਕਬਰ ਦਾ ਬਣਾਇਆ ਹੋਇਆ ਸਰੋਵਰ ਸੀ ਉਹਦੇ ਵਿੱਚੋਂ ਅੱਜ ਇੰਨਾ ਵੱਡਾ ਖਲਾਅ ਬਣਾ ਦਿੱਤਾ ਕਿਸੇ ਨੇ. ਕੌਣ ਲੋਕ ਸਨ, ਖਜ਼ਾਨੇ ਦੀ ਤਲਾਸ਼ ਵਾਲੇ. ਲੇਅਰ ਦੇਖੋ ਤੁਸੀਂ, ਫਾਊਂਡੇਸ਼ਨ ਜਿਹੜੀਆਂ ਰੱਖੀਆਂ ਨੇ 1, 2, 3, 4 ਔਰ ਉੱਤੇ 5 ਸਟੈਪਾਂ ਦੇ ਉੱਤੇ ਜਾ ਕੇ, ਹਰ ਸਟੈਪ ਕਮ ਅਜ਼ ਕਮ 4 ਤੋਂ 5 ਫੁੱਟ ਦਾ ਹੈ. ਔਰ ਇਸ ਜਗ੍ਹਾ ਦੇ ਉੱਤੇ ਪੱਥਰ ਤਾਂ ਖੈਰ ਬਹੁਤ ਆਮ ਹੈ, ਲੇਕਿਨ ਕੱਚ ਚੂਨਾ ਗਰੀ ਔਰ ਦੂਸਰਾ ਬਾਕੀ ਬੰਦਿਆਂ ਦਾ ਪਹੁੰਚਣਾ ਔਰ ਇੱਥੇ ਆ ਕੇ ਕੰਮ ਕਰਨਾ, ਔਰ ਇੱਥੇ ਕਿਸ ਤਰੀਕੇ ਨਾਲ ਲੋਕ ਰਹਿੰਦੇ ਹੋਣਗੇ, ਕੀ ਖਾਂਦੇ ਹੋਣਗੇ, ਸੋਚ ਕੇ ਇੱਕ ਵਾਰੀ ਬੰਦੇ ਦਾ ਦਿਲ ਕੰਬ ਜਾਂਦਾ. ਕਿਉਂਕਿ ਅਗਰ ਪੈਦਲ ਆਓ ਤਾਂ ਘੱਟੋ ਘੱਟ 4 ਘੰਟੇ ਦੀ ਮੁਸਾਫਤ ਵਨ ਸਾਈਡ ਹੈ, ਔਰ ਅਗਰ ਤੁਸੀਂ ਗੱਡੀ ਲੈ ਕੇ ਆਉਂਦੇ ਹੋ 4x4 ਲੈ ਕੇ ਆਉਂਦੇ ਹੋ, ਰੇਂਜ ਰੂਵਰ ਜਾਂ ਲੈਂਡ ਰੂਵਰ ਲੈ ਕੇ ਆਉਂਦੇ ਹੋ, ਫਿਰ ਜਾ ਕੇ ਤੁਸੀਂ ਕਿਤੇ ਇੱਥੇ ਪਹੁੰਚ ਸਕਦੇ ਹੋ, ਵਰਨਾ ਇੱਥੇ ਤਾਂ ਪਹੁੰਚਣਾ ਹੀ ਬਹੁਤ ਮੁਸ਼ਕਿਲ ਹੈ. ਵਾਕਈ ਜੋ ਲੋਕ
ਸੱਚ ਦੀ ਤਲਾਸ਼ ਕਰਦੇ ਸੀ ਜਾਂ ਗਿਆਨ ਕਰਦੇ ਸੀ ਉਹ ਕਿੰਨਾ ਮੁਸ਼ਕਿਲ ਸੀ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ, ਮਾਡਰਨ ਦੌਰ ਦੇ ਵਿੱਚ ਇੱਥੇ ਆਉਣਾ ਬਿਲਕੁਲ ਨਾਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਔਰ ਇੱਥੇ ਖਾਸ ਕਰਕੇ ਆਪਣਾ ਵਜ਼ਨ ਚੁੱਕਣਾ ਬਹੁਤ ਮੁਸ਼ਕਿਲ ਹੈ, ਕੋਈ ਅਨਾਜ ਪਾਣੀ ਖਾਣਾ ਕਿੰਝ ਲੈ ਕੇ ਆਉਂਦਾ ਹੈ। ਇੱਥੋਂ ਹੀ ਜੇ ਦੇਖਿਆ ਜਾਏ ਤਾਂ ਕੁਝ ਸਥਾਨ ਬਣੇ ਹੋਏ ਨੇ, ਇਹ ਰਸਤਾ ਇੱਧਰ ਨੂੰ ਵੀ ਜਾ ਰਿਹਾ। ਅਗਰ ਜੋ ਲੋਕ ਹਾਰਟੀਕਲਚਰ ਨੂੰ ਜਾਂ ਦੂਸਰੀਆਂ ਐਗਰੀਕਲਚਰ ਨੂੰ ਸਮਝਦੇ ਨੇ ਤਾਂ ਵਾਇਲਡ ਓਲਿਵ ਹੈ ਔਰ ਘੱਟੋ ਘੱਟ 500 ਤੋਂ 600 ਸਾਲ ਪੁਰਾਣਾ ਟ੍ਰੀ ਜਿਹੜਾ ਉਹ ਖਲੋਤਾ ਹੋਇਆ। ਇੱਥੇ ਕੋਈ ਥਾਂ ਸੀ ਜਿਹੜਾ ਕਿ ਹੁਣ ਖਤਮ ਹੋ ਚੁੱਕਿਆ। ਹੋਰ ਇਸ ਤੋਂ ਇਲਾਵਾ ਅੱਗੇ ਨਿਕਲੋ ਤੇ ਫਿਰ ਅੱਗੇ ਛੋਟੇ ਛੋਟੇ ਸਥਾਨ ਹੋਰ ਸ਼ੁਰੂ ਹੋ ਜਾਂਦੇ ਨੇ। ਬੋਰਡ ਇਹ ਬਾਬਾ ਬੋਰਡ ਨੇ ਆਪਣੇ ਫਨ ਫੈਲਾਏ ਹੋਏ, ਕੋਇਲ ਦੀ ਕੂ ਕੂ, ਐਟਲੀਸਟ ਅਸੀਂ ਸਰਕਲ 'ਤੇ ਪਹੁੰਚ ਜਾਂਦੇ ਹਾਂ। ਇੱਕ ਛੋਟਾ ਟੈਂਪਲ ਜਿਹੜਾ ਕਿ ਬਿਲਕੁਲ ਸਰੋਵਰ ਦੇ ਨਾਲ ਹੈ ਔਰ ਇੰਨਾ ਨੀਵਾਂ ਸਰੋਵਰ ਇਹ ਅਸਥਾਨ ਹੈ ਕਿ ਇਹ 'ਚ ਬਹੁਤ ਜ਼ਿਆਦਾ ਝੁੱਕ ਕੇ ਜਾਣਾ ਪੈਂਦਾ ਹੈ ਔਰ ਇਹਦੇ ਅੰਦਰ 3 ਜੋਤ ਜਲਾਉਣ ਦੀ ਜਗ੍ਹਾ ਹੈ। 3 ਜੋਤ ਜਿਹੜੇ ਨੇ ਉਹਨਾਂ ਨੂੰ ਜਲਾਉਣ ਦੀ ਜਗ੍ਹਾ ਹੈ ਔਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਇਹ ਦੁਆਰੇ ਜਿਹੜੇ ਨੇ ਸਾਧੂਆਂ ਸੰਗਤਾਂ ਫਕੀਰਾਂ ਦੇ ਨੇ, ਇਹਨਾਂ ਦੇ ਵਿੱਚ ਖਜ਼ਾਨੇ ਕਿੱਥੋਂ ਆਏ ਜਾਂ ਇਹਨਾਂ ਦੇ ਅੰਦਰ ਜਿਹੜੇ ਨੇ ਉਹ ਕਿਸ ਤਰ੍ਹਾਂ ਦਫਨੀਏ ਮਿਲ ਸਕਦੇ ਨੇ, ਟ੍ਰਿਗਰ ਮਿਲ ਸਕਦੇ ਨੇ। ਲੋਕਾਂ ਦੀ ਕਿਉਂ ਗਲਤ ਫਹਿਮੀ ਜ਼ਿਆਦਾ ਪੈ ਗਈ ਹੈ ਕਿ ਜਿੱਥੇ ਵੀ ਐਸਾ ਸਥਾਨ ਹੋਏਗਾ ਤਾਂ ਉੱਥੇ ਟ੍ਰਿਗਰੀ ਜ਼ਰੂਰ ਹੋਏਗੀ। ਪਲੀਜ਼ ਖੁਦਾ ਦਾ ਵਾਸਤਾ ਜੇ ਇਹਨਾਂ ਸਥਾਨਾਂ ਦੀ ਜਾਨ ਛੱਡ ਦੇਵੋ, ਇਹਨਾਂ ਜਗ੍ਹਾ ਦੀ ਜਾਨ ਛੱਡ ਦੇਵੋ। ਇਹਨਾਂ ਦੀ ਬਹੁਤ ਅਹਿਮੀਅਤ ਹੈ, ਇਹਨਾਂ ਦੇ ਫਰਸ਼ ਪੱਟ ਪੱਟ ਕੇ ਔਰ ਇਹਨਾਂ ਦਾ ਸਾਰਾ ਕੁਛ ਕਰ ਕਰਕੇ ਤੁਸੀਂ ਕੀ ਕੱਢਣਾ ਚਾਹੁੰਦੇ ਹੋ? ਸਭ ਕੁਛ ਤਾਂ ਚਲਾ ਗਿਆ, ਅੰਗਰੇਜ਼ ਲੈ ਗਿਆ ਔਰ ਉਸ ਤੋਂ ਬਾਅਦ ਜਿਹੜੀ ਲੁੱਟਮਾਰ ਹੋਈ, ਉਸ ਤੋਂ ਪਹਿਲੇ ਲੁੱਟਮਾਰ ਹੋਈ, ਹੁਣ ਇੱਥੇ ਬੱਚਿਆ ਕੀ ਹੈ? ਆਖਿਰ ਕੀ ਲੋਕ ਕੱਢਣਾ ਚਾਹੁੰਦੇ ਨੇ? ਇੱਥੇ ਕੁਛ ਵੀ ਨਹੀਂ ਹੈ। ਹੁਣ ਆਓ ਮੈਂ ਤੁਹਾਨੂੰ ਦਿਖਾਉਣਾ ਵਾਂ ਇੱਕ ਹੋਰ ਅਸਥਾਨ, ਲੇਕਿਨ ਤੁਸੀਂ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ।